ਕੁਛ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਦੇ ਭਵਨ ਦੇ ਵਿੱਚ ਆ ਕੇ ਉੱਥੇ ਭੰਨ ਤੋੜ ਕੀਤੀ ਗਈ ਸੀ ਔਰ ਬੱਚਿਆਂ ਦੀ ਕੁੱਟਮਾਰ ਕੀਤੀ ਗਈ ਸੀ ਔਰ ਪਾਸ਼ੋ ਜੀ ਨੇ ਵੀ ਪੂਰੇ ਸਮੁੱਚੇ ਮਸੀਹ ਭਾਈਚਾਰੇ ਨੂੰ ਬੇਨਤੀ ਕੀਤੀ ਸੀ ਕਿ ਮੇਰੀ ਮਦਦ ਕੀਤੀ ਜਾਵੇ ਔਰ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਜਿਹੜੇ ਮੁਜਰਮ ਸੀ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਆ ਔਰ ਮੈਂ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਜਾਂ ਸਾਡੇ ਪਾਸਟਰਾਂ ਨੂੰ ਮਾਰਕੁੱਟ ਕਰਕੇ ਬਚ ਨਹੀਂ ਸਕਦੇ ਤੁਹਾਡੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਾਈ ਜਾਏਗੀ। ਚਰਚ ਦੇ ਵਿੱਚ ਆ ਕੇ ਪਾਸਟਰ ਦੀ ਕੁੱਟਮਾਰ ਕਰਨ ਵਾਲੇ ਬੰਦਿਆਂ ਦੇ ਖਿਲਾਫ਼ ਪੁਲਿਸ ਨੇ ਕੀਤਾ ਪਰਚਾ ਦਰਜ। ਤੁਹਾਨੂੰ ਦੱਸ ਦੇ ਕਿ ਪਿਛਲੇ ਦਿਨੀ ਕਸਬਾ ਰਈਆ ਦੇ ਵਿੱਚ ਇੱਕ ਚਰਚ ਦੇ ਵਿੱਚ ਆ ਕੇ ਕੁਝ ਸ਼ਰਾਰਤੀ ਅਨਸਰਾਂ ਨੇ ਪਾਸਟਰ ਮੰਗਲ ਮਸੀਹ ਦੀ ਕੁੱਟਮਾਰ ਕੀਤੀ ਸੀ ਅਤੇ ਜਿਸ ਤੋਂ ਬਾਅਦ ਜਦੋਂ ਇਹ ਮਾਮਲਾ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਅੱਜ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਉਹਨਾਂ ਦੋਸ਼ੀਆਂ ਦੇ ਖਿਲਾਫ਼ ਵੱਖ ਵੱਖ ਤਰ੍ਹਾਂ ਤਹਿਤ ਪਰਚਾ ਦਰਜ ਕਰ ਲਿਆ ਅਤੇ ਪਰਚਾ ਦਰਜ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਜਤਿੰਦਰ ਗੌਰਵ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ। ਜੋ ਸਾਡੇ ਪਰਮੇਸ਼ਵਰ ਦੇ ਦਾਸ ਪਾਸਟਰ ਮੰਗਲ ਮਸੀਹ ਦੀ ਸੇਵਾ ਕਰ ਰਹੇ ਨੇ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਦੇ ਭਵਨ ਦੇ ਵਿੱਚ ਆ ਕੇ ਉੱਥੇ ਭੰਨ ਤੋੜ ਕੀਤੀ ਗਈ ਸੀ ਔਰ ਬੱਚਿਆਂ ਦੀ ਕੁੱਟਮਾਰ ਕੀਤੀ ਗਈ ਸੀ ਔਰ ਜਦੋਂ ਉਹ ਵੀਡੀਓ ਅਸੀਂ ਦੇਖੀ ਸਾਨੂੰ ਪਤਾ ਲੱਗਾ ਔਰ ਪਾਸ਼ੋ ਜੀ ਨੇ ਵੀ ਪੂਰੇ ਸਮੁੱਚੇ ਮਸੀਹ ਭਾਈਚਾਰੇ ਨੂੰ ਬੇਨਤੀ ਕੀਤੀ ਸੀ ਕਿ ਮੇਰੀ ਮਦਦ ਕੀਤੀ ਜਾਵੇ ਔਰ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਅੱਜ ਜਿਹੜੀ ਉਹ ਜਿਹੜੇ ਮੁਜਰਮ ਸੀ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਆ ਉਹਦੇ ਲਈ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਔਰ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਔਰ ਬਾਕੀ ਵੀ ਜਿਹੜੀਆਂ ਧਾਰਾਵਾਂ ਹੈਗੀਆਂ ਸੀ ਉਹ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਜਾਂਚ ਕਰਕੇ ਜਿਹੜੀਆਂ ਵਾ ਉਹ ਵੀ ਲਾਈਆਂ ਜਾਣਗੀਆਂ ਔਰ ਮੈਂ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਮਸੀਹ ਭਾਈਚਾਰੇ ਤੇ ਜੁਰਮ ਕਰਕੇ ਜਾਂ ਸਾਡੇ ਪਾਸਟਰਾਂ ਨੂੰ ਮਾਰਕੁੱਟ ਕਰਕੇ ਬਚ ਨਹੀਂ ਸਕਦੇ ਕਿਉਂਕਿ ਪਰਮੇਸ਼ਵਰ ਦੀ ਦਇਆ ਦੇ ਨਾਲ ਤੁਹਾਡੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਾਈ ਜਾਏਗੀ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਹਲੇਲੂਯਾ ਹਲੇਲੂਯਾ। ਮੇਰੀ ਪ੍ਰੀਓ, ਮੈਂ ਪਾਸਟਰ ਮੰਗਲ ਭੱਟੀ, ਜੋ ਬੀਤੇ ਦਿਨਾਂ ਵਿੱਚ ਸਾਡੀ ਚਰਚ ਤੇ ਕੁਛ ਲੋਕਾਂ ਨੇ ਹਮਲਾ ਕੀਤਾ, ਜ਼ਬਰਦਸਤ ਹਮਲਾ ਕੀਤਾ, ਔਰ ਮੈਂ ਆਪਣੇ ਪਰਿਵਾਰ, ਜੋ ਮੇਰਾ ਮਸੀਹ ਪਰਿਵਾਰ, ਜੋ ਸਾਡਾ ਭਾਈਚਾਰਾ, ਮੈਂ ਉਹਨਾਂ ਨੂੰ ਸਭਨਾਂ ਨੂੰ ਬੇਨਤੀ ਕੀਤੀ ਸੀ ਔਰ ਵੀ ਜੋ ਜਥੇਬੰਦੀਆਂ ਮੇਰੇ ਨਾਲ ਖੜੀਆਂ ਹੋਈਆਂ ਔਰ ਜੋ ਸਾਡੇ ਚ ਗਲੋਬਲ ਐਕਸ਼ਨ ਕਮੇਟੀ, ਜੋ ਸਾਡੇ ਪ੍ਰੇਰਿਤ ਅਪੋਸਟਲ ਜੀ ਅੰਕਲ ਨੂਰਾ ਜੀ, ਉਹਨਾਂ ਨੇ ਇੱਕ ਬਹੁਤ ਵੱਡਾ ਦਾਸਾਂ ਦੇ ਲਈ ਉਪਰਾਲਾ ਕੀਤਾ ਔਰ ਉਹ ਐਕਸ਼ਨ ਕਮੇਟੀ ਮੇਰੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜੀ ਹੋਈ ਔਰ ਸਾਡੇ ਵਿੱਚ ਪੀਟਰ ਜੀ ਨੇ, ਪੀਟਰ ਜੀ ਬੁਲੰਦਪੁਰ ਔਰ ਪਾਸਟਰ ਵੋਲਟਰ ਜੀ, ਔਰ ਵੀ ਬਹੁਤ ਸਾਰੇ ਜੋ ਪਰਮੇਸ਼ਵਰ ਨੇ ਸਾਡੀ ਹੈਲਪ ਦੇ ਲਈ ਮੁਹੱਈਆ ਕੀਤੇ ਸੀ, ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਔਰ ਖਾਸ ਕਰਕੇ ਧੰਨਵਾਦ ਕਰਦਾ ਮੈਂ ਐਕਸ਼ਨ ਕਮੇਟੀ ਗਲੋਬਲ, ਜੋ ਸਾਡੇ ਚ ਬ੍ਰਦਰ ਗੌਰਵ ਜੀ ਨੇ, ਜਿਨ੍ਹਾਂ ਨੇ ਦਿਨ ਰਾਤ ਸ਼ਿੱਦਤ ਕਰਕੇ ਜੋ ਪਰਮੇਸ਼ਵਰ ਦੇ ਅਭਿਸ਼ਿਕਤ ਨੇ ਉਹਨਾਂ ਨੇ ਸਾਨੂੰ ਜੋ ਕਾਨੂੰਨੀ ਕਾਰਵਾਈ ਤੱਕ ਲੈ ਗਏ ਔਰ ਕਾਨੂੰਨੀ ਕਾਰਵਾਈ ਕਰਵਾਈ ਔਰ ਅੱਜ ਤੁਹਾਡੇ ਸਾਹਮਣੇ ਇਹ ਪਰਚਾ ਦਰਜ ਹੋ ਚੁੱਕਾ ਵਾ। ਮੈਂ ਪਰਮੇਸ਼ਵਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਵਾਂ ਕਿ ਜੋ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੋ ਅੱਜ ਇਹ ਵੱਡਾ ਉਪਰਾਲਾ ਹੋਇਆ, ਅੱਜ ਉਹ FIR ਦਰਜ ਹੋ ਚੁੱਕੀ ਆ, ਮੈਂ ਪਰਮੇਸ਼ਵਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ। ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ, ਨਸ਼ਾ ਛੁਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9888370000। ਬਿਨਾਂ ਤੋੜ ਤਕਲੀਫ ਤੋਂ, ਬਿਨਾਂ ਦਾਖਿਲ ਹੋਏ, ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ। ਸ਼ਰਾਬ, ਹੈਰੋਇਨ, ਸਮੈਕ, ਅਫੀਮ, ਗਾਂਜਾ, ਚਿੱਟਾ, ਭੁੱਕੀ, ਟੀਕੇ, ਗੋਲੀਆਂ, ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ। ਸਾਡੀ ਦਵਾਈ 100% ਆਯੁਰਵੈਦਿਕ ਹੈ, ਇਸ ਦਾ ਕੋਈ ਸਾਈਡ ਇਫੈਕਟ ਨਹੀਂ। ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ। ਪਤਾ
ਲੋਮਿਸ਼ ਰਿਸ਼ੀ ਹਰਬਲ ਟ੍ਰੀਟਮੈਂਟ, ਪਟਿਆਲਾ ਰੋਡ, ਜੰਨੋ, ਸੰਗਰੂਰ। 98 838 70,000।